ਭਗਤ ਕਰਾਂਤੇ ਤਿੰਨ ਕੇ ਅਜ ਹੈ ਅਚਿੰਤ ਹਮਾਰਾ। ਹਾਂਜੀ, ਭੋਜਨ ਪਾਓ ਚਿੰਤ ਹਮਾਰਾ ਲੀਚਾ ਨਾ, ਉਹਨਾਂ ਦੇ ਕੰਮ ਅਚਿੰਤ ਹੀ ਹੋਈ ਜਾਂਦੇ ਆ ਜਿਹੜੇ ਗੁਰੂ ਮਹਾਰਾਜ ਦੇ ਲੜ ਲੱਗ ਜਾਂਦੇ ਆ। ਮਹਾਰਾਜ ਵਿਧੀ ਆਪੇ ਹੀ ਬਣਾਈ ਜਾਂਦੇ ਆ। ਔਰ ਇਸੇ ਤਰ੍ਹਾਂ ਫਿਰ ਮਨ ਦੀ ਸਥਿਰਤਾ, ਇਹ ਵੀ ਸਿਮਰਨ ਤੋਂ ਬਿਨਾਂ ਨਹੀਂ ਹੁੰਦੀ। ਕਈ ਕਹਿੰਦੇ ਮਨ ਟਿਕਦਾ ਨਹੀਂ, ਮਨ ਸਿਮਰਨ ਵਾਲੇ ਟਿਕਣਾ। ਕਿੰਨਾ ਚਿਰ ਨਹੀਂ ਟਿਕਦਾ? ਜਿੰਨਾ ਚਿਰ ਸਿਮਰਨ ਦੀ ਘਾਟ ਆ ਉਨਾ ਚਿਰ ਕਰੀ ਚਲੋ, ਜਿੰਨਾ ਚਿਰ ਫੁਰਨੇ ਬੰਦ ਨਹੀਂ ਹੁੰਦੇ। ਜਿਹੜੇ ਫੁਰਨੇ ਬੰਦ ਹੋ ਜਾਂਦੇ ਆ ਤੇ ਮਨ ਟਿਕ ਜਾਂਦਾ, ਤੇ ਜਿਹੜੇ ਮਨ ਟਿਕ ਜਾਂਦਾ ਫਿਰ ਇਹਨੂੰ ਆਪਣੀ ਆਤਮਾ ਵੀ ਦਿਸਦੀ ਹੈ। ਸ਼ੀਸ਼ਾ ਸਾਫ਼ ਹੋਵੇ ਤੇ ਚਿਹਰਾ ਨਜ਼ਰ ਆਏਗਾ। ਜਦੋਂ ਆਪਣਾ ਮਨ ਬੁੱਧੀ ਨਿਰਮਲ ਹੋ ਜਾਂਦੀ ਹੈ ਤੇ ਆਤਮਾ ਸਾਫ਼ ਨਜ਼ਰ ਆਉਣ ਲੱਗ ਜਾਂਦੀ ਹੈ। ਤੇ ਇਸੇ ਤਰ੍ਹਾਂ ਫਿਰ ਕਹਿੰਦੇ ਮਨ ਵਿੱਚ ਸਥਿਰਤਾ ਵਾ ਜੀ, ਸੱਤ ਸੱਚ ਵੀ ਸਿਮਰਨ ਬੋਲਣ ਕਰਨ ਵਾਲੇ 'ਚ ਸੱਚ ਪੈਦਾ ਹੁੰਦਾ। ਤੇਰਾ ਸੱਤ ਰੂਪ ਪਰਮੇਸ਼ਰਾਂ। ਔਰ ਸੰਤੋਖ, ਜਿਹੜਾ ਸੰਤੋਖਾ ਪਰਮ ਸੁਖਿਅੰ, ਸੰਤੋਖ ਹੀ ਪਰਮ ਸੁੱਖ ਦਾ ਸਾਧਨ ਹੈ। ਮਨ ਕਰਕੇ ਹੋ ਜਾਏ, ਬਾਣੀ ਕਰਕੇ ਹੋ ਜਾਏ, ਸਰੀਰ ਕਰਕੇ ਹੋ ਜਾਏ, ਅਤੇ ਫਿਰ ਅੰਤਰਮੁਖਤਾ ਵੀ ਸਿਮਰਨ ਨਹੀਂ ਹੁੰਦੀ ਹੈ, ਨਹੀਂ ਤਾਂ ਬਾਹਰ ਮੁਖਤਾ ਹੀ ਰਹਿੰਦੀ ਹੈ। ਜਿੰਨਾ ਚਿਰ ਸ਼ਬਦ ਦਾ ਅਭਿਆਸ ਨਹੀਂ ਕਰਦੇ, ਜਿਹੜਾ ਸ਼ਬਦ ਸੁਰ ਦਾ ਅਭਿਆਸ ਕੀ ਹੈ, ਪ੍ਰਾਣਾਂ ਦੇ ਨਾਲ ਜਿਹੜਾ ਸ਼ਬਦ ਨੂੰ ਅੰਦਰ ਬਾਹਰ ਜੋੜਨਾ, ਇਹੀ ਸ਼ਬਦ ਸੁਰ ਦਾ ਅਭਿਆਸ ਹੈ। ਸਵਾਸ ਦੇ ਨਾਲ ਰਲਾ ਕੇ ਜਿਹੜਾ ਭਜਨ ਕਰਨਾ, ਇਹ ਹੀ ਸ਼ਬਦ ਸੁਰ ਦਾ ਅਭਿਆਸ ਹੈ। ਬਿਨ ਸ਼ਬਦ ਹੈ ਅੰਤਰ ਹਾਂ ਨੇਰਾ, ਨਾ ਬਸ ਲੈ ਨਾ ਚੁੱਕੈ ਫੇਰਾ, ਸਤਿਗੁਰ ਹੱਥ ਕੁੰਜੀ ਹੋਰ ਤਦਰ ਖੁੱਲ੍ਹੈ ਨਾਹੀਂ, ਪੂਰੇ ਭਾਗ ਗੁਰ ਪਾਵਣ ਆ। ਸੋ ਇਸ ਵਾਸਤੇ ਫਿਰ ਜਿਹੜੇ ਬਕਾਰ ਆ ਪੰਜੇ, ਇਹ ਵੀ ਸਿਮਰਨ ਦੇ ਬਲ ਨਾਲ ਨਾਸ ਹੁੰਦੇ ਆ। ਇਹ 14 ਲਾਭ ਮੁੱਖ ਮਹਾਂਪੁਰਖਾਂ ਨੇ ਸਿਮਰਨ ਦੇ ਦੁਆਰਾ ਪ੍ਰਾਪਤ ਹੋਣ ਵਾਲੇ ਦੱਸੇ। ਵੈਸੇ ਤਾਂ ਬਿਆਨ ਤੇ ਆ ਗਿਣੇ ਨਹੀਂ ਜਾਂਦੇ, ਪਰ ਮੁੱਖ ਦੱਸੇ ਹੈ। ਸੋ ਇਸ ਵਾਸਤੇ ਸਤਿਗੁਰੂ ਗਰੀਬ ਨਿਵਾਸ ਜੀ ਨੇ ਬੜੀ ਕਿਰਪਾ ਕੀਤੀ ਹੈ। ਗੁਰਬਾਣੀ ਦੱਸਿਆ, ਨਾਮ ਤੁਲ ਬ੍ਰਹਮ ਸੰਸਾਰ ਏਕ ਜਿਹੀ ਕਿਆ ਬਖਾਨੇ ਹਾਂ ਕਿ ਬਲ ਵੱਲ ਸਦ ਬਲਿਹਾਰ। ਨਾਮ ਦੇ ਤੁਲ ਕੋਈ ਵਸਤੂ ਨਹੀਂ, ਕਿਉਂਕਿ ਜਿੰਨੇ ਵੀ ਕਰਮ ਧਰਮ ਆ, ਕਰਮ ਧਰਮ ਪਾਖੰਡ ਜੋ ਦਿਸ ਹੈ ਤਿੰਨ ਜਮ ਜਗਤੀ ਲੁਟੈ, ਨਿਰਵਾਣ ਕੀਰਤਨ ਗਾਵਹੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ, ਸੰਤ ਹੋ ਸਾਗਰ ਪਾਰ ਤਰੀਐ, ਜੇ ਕੋ ਬਚਨ ਕਮਾਵੈ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਇਹ ਬਾਣੀ ਦਾ ਸਿਧਾਂਤ ਹੈ। ਉਹਦੇ ਵਾਸਤੇ ਫਿਰ ਪ੍ਰਭੂ ਦੀ ਸ਼ਰਨਾਗਤੀ ਬਹੁਤ ਜ਼ਰੂਰੀ ਹੈ। ਪ੍ਰਭ ਕੀ ਸਰਨ ਸਗਲ ਪੈ ਲਾਥੇ, ਦੁੱਖ ਬਿਨਸੈ ਸੁਖ ਪਾਇਆ, ਦਇਆਲ ਹੋਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ। ਸੋ ਇਸ ਵਾਸਤੇ ਹੁਣ ਵਾਹਿਗੁਰੂ ਸ਼ਬਦ ਹੈ, ਜਿਹੜੀ ਪੁਰਾਤਨ ਭਾਈ ਬਾਲਾ ਜੀ ਦੀ ਜਨਮ ਸਾਖੀ ਹੈ, ਉਹਦੇ 'ਚ ਇੱਕ ਜੁਗਾਵਲੀ ਨਾਂ ਦਾ ਪਾਠ ਹੈ। ਹਾਂਜੀ, ਉਹਦੇ 'ਚ ਚੌਹਾਂ ਯੁੱਗਾਂ ਦਾ ਜਾਪ ਦੱਸਿਆ ਕਿ ਬਾਵੇ ਅੱਖਰ 'ਤੇ ਮਹਾਰਾਜ ਨੇ ਕਿੰਨਾ ਸਮਾਂ ਭਜਨ ਕੀਤਾ, ਹਾਹੇ 'ਤੇ ਕਿੰਨਾ ਕੀਤਾ, ਗੱਗੇ 'ਤੇ ਰਾਰੇ ਤਾਂ, ਫਿਰ ਇੰਨੀ ਮਿਹਨਤ ਨਾਲ ਇਹ ਜਿਹੜਾ ਸ਼ਬਦ ਦੱਸਿਆ, ਵਾਹਿਗੁਰੂ ਗੁਰਮੰਤਰ ਹੈ ਜਪ ਹੋਮੈ ਖੋਈ, ਜਿਵੇਂ ਚਾਰ ਚੁਆਨੀਆਂ ਹੁੰਦੀਆਂ ਇਕੱਠੀਆਂ ਕਰਦੀ ਰੁਪਈਆ ਬਣ ਜਾਂਦਾ, ਚਾਰ ਪਾਵੇ ਜੋੜਦੀ ਚਾਰ ਪਾਈ ਬਣ ਜਾਂਦੀ ਹੈ। ਇਹ ਚਾਰ ਅੱਖਰ ਸੀਗੇ, ਇਹਨਾਂ ਨੂੰ ਮਹਾਰਾਜ ਨੇ ਕਿਰਪਾ ਕਰਕੇ ਜੋੜ ਕੇ ਇਹ ਜਿਹੜਾ ਜਾਪ ਬਣਾਇਆ, ਅਤੇ ਚੌਹਾਂ ਯੁਗਾਂ ਦਾ ਸਾਂਝਾ ਜਾਪ ਆ। ਇਹ ਵਰਲਡ ਲਈ ਸਾਂਝਾ ਮੰਤਰ ਹੈ, ਈਸਾਈ ਵੰਡਰਫੁੱਲ ਕਹਿੰਦੇ ਆ, ਅਤੇ ਮੁਸਲਮਾਨ ਸੁਬਹਾਨ ਕਹਿੰਦੇ, ਅਤੇ ਹਿੰਦੂ ਅਸਚਾਰਜ ਕਹਿੰਦੇ, ਆਪਾਂ ਵਾਹੇ ਕਹਿ ਦਿੰਦੇ ਹਾਂ। ਇਹ ਜਾਣੀ ਸਾਰਿਆਂ ਦਾ ਸਾਂਝਾ ਸ਼ਬਦ ਆ। ਜੇ ਅੰਗਰੇਜ਼ੀ ਕਹੋ ਤਾਂ ਉਹ ਵੰਡਰਫੁੱਲ ਆ, ਅਤੇ ਜੇ ਫਾਰਸੀ ਕਹਿ ਦਿਓ ਉਹ ਸੁਬਹਾਨ ਕਹਿ ਤਾ, ਅਤੇ ਜੇ ਆਪਾਂ ਹਿੰਦੀ 'ਚ ਅਸਚਾਰਜ ਕਹਿ ਤਾ, ਪੰਜਾਬੀ 'ਚ ਵਾਹੇ ਕਹਿ ਤਾ। ਇਹ ਜਿਹੜਾ ਮੰਤਰ ਆ, ਤਾਂ ਹੀ ਮਹਾਰਾਜ ਨੇ ਕਿਹਾ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਹ ਵਰਨਾ ਕੋ ਸਾਂਝਾ। ਇਹ ਸਾਰਿਆਂ ਦਾ ਸਾਂਝਾ ਮੰਤਰ ਆ। ਜਿਹੜਾ ਵੀ ਵਿਵੇਕਾਨੰਦ ਦੀ ਇੱਕ ਸੰਨਿਆਸੀ ਮਹਾਂਪੁਰਖ ਹੋਏ ਆ, ਅਮੈਰੀਕਾ 'ਚ ਆਏ, ਬੜੀ ਉਹਨੇ ਤਾਂਕ ਜਮਾਈ ਸੀ। ਉਹਨਾਂ ਨੂੰ ਪੁੱਛਿਆ, ਨਿਵੇਦਤਾ ਨਾਮ ਦੀ ਕੋਈ ਅੰਗਰੇਜ਼ ਉਹਨਾਂ ਦੀ ਸ਼ਿਸ਼ ਹੈ, ਕਿ ਮਹਾਰਾਜ ਮੰਤਰ ਤਾਂ ਬਹੁਤ ਹੈ, ਅਤੇ ਕਿਹੜਾ ਮੰਤਰ ਜ਼ਿਆਦਾ ਉਪਯੋਗੀ, ਛੇਤੀ ਕਲਿਆਣਕਾਰੀ, ਛੇਤੀ ਬਿਰਤੀ ਨੂੰ ਟਿਕਾਉਂਦਾ? ਉਹ ਚਿੱਠੀ ਜਿਹੜੀ ਹੈ ਉਹਦੀਆਂ 7 ਸਤਰਾਂ ਸੀ, ਉਹਦੇ ਵਿੱਚ 11 ਵਾਰੀ ਵਾਹਿਗੁਰੂ ਮੰਤਰ ਵਿਵੇਕਾਨੰਦ ਜੀ ਨੇ ਦੱਸਿਆ। ਸੰਨਿਆਸੀ ਮਹਾਤਮਾ, ਉਹ ਕਹਿੰਦੇ ਮੈਂ ਸਾਰੇ ਮੰਤਰ ਪ੍ਰਯੋਗ ਵਿੱਚ ਲਿਆ ਕੇ ਦੇਖੇ ਹੈ, ਇਹ ਮੰਤਰ ਛੇਤੀ ਕਾਰਗਰ ਹੁੰਦਾ। ਦੂਜੀ ਚੀਜ਼ ਇਹ ਵੀ ਹੈ ਕਿ
ਰਾਜ ਯੋਗ ਜਨ ਮਾਣਿਓ ਕਲ ਯੋਗ ਚ ਗੁਰੂ ਨਾਨਕ ਦਾ ਰਾਜ ਹੈ ਤੇ ਹੁਣ ਪਿਛਲੀ ਸਰਕਾਰ ਦਾ ਸਿੱਕਾ ਲੈ ਕੇ ਜੇ ਬਾਜ਼ਾਰ ਕੋਈ ਸੌਦਾ ਨਹੀਂ ਦਿੰਦਾ ਤੇ ਮੌਕੇ ਦੀ ਸਰਕਾਰ ਭਾਵੇਂ ਚਾਂਦੀ ਦਾ ਨਹੀਂ ਕਾਗਜ਼ ਹੀ ਹੈ ਉਹਦਾ ਮੁੱਲ ਹੈ ਇਸੇ ਤਰ੍ਹਾਂ ਕਲ ਯੁੱਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੂੰ ਇਹ ਦਰਗਾਹ ਦੀ ਵਡਿਆਈ ਮਿਲੀ ਹੈ ਸੋ ਇਸ ਵਾਸਤੇ ਸਤਿਗੁਰੂ ਜੀ ਨੇ ਬਹੁਤ ਵੱਡੀ ਕਿਰਪਾਲਤਾ ਕੀਤੀ ਹੈ ਅਤੇ ਬਲ ਸਾਹਿਬ ਜੀ ਦਾ ਬਾਬਾ ਜੀ ਤੁਹਾਡਾ ਸਗੋਂ ਹਿਰਦੇ ਤੋਂ ਧੰਨਵਾਦ ਕਿ ਇਹ ਸਿੱਖ ਚੈਨਲ ਦੁਨੀਆ ਭਰ 'ਚ ਪਹਿਲਾ ਸਿੱਖ ਚੈਨਲ ਹੈ ਯਾਨੀ ਸਿੱਖ ਟੀ ਵੀ ਹੈ ਪਹਿਲਾ ਜਿਹੜਾ ਪੰਜਾਬ 'ਚ ਵੀ ਨਹੀਂ ਹਿੰਦੁਸਤਾਨ 'ਚ ਨਹੀਂ ਦੁਨੀਆ ਭਰ 'ਚ ਪਹਿਲਾ ਆਇਆ ਔਰ ਤੁਸੀਂ ਇੱਥੇ ਆ ਕੇ ਇੱਕ ਤਰ੍ਹਾਂ ਚਰਨ ਪਾਏ ਸਾਨੂੰ ਅਸੀਸਾਂ ਦਿੱਤੀਆਂ ਔਰ ਕਿਉਂਕਿ ਇਹ ਕੌਮ ਦੀ ਗੱਲ ਹੈ ਆਪਾਂ ਹਾਲੇ ਇਸ ਫੀਲਡ 'ਚ ਬਹੁਤ ਨਵੇਂ ਹਾਂ ਪਰ ਇਸ ਲਈ ਮਹਾਂਪੁਰਸ਼ਾਂ ਦੀਆਂ ਸਤਿਗੁਰੂ ਦੀਆਂ ਅਸੀਸਾਂ ਦੀ ਲੋੜ ਹੈ ਤੁਹਾਡੀਆਂ ਅਸੀਸਾਂ ਦੀ ਲੋੜ ਹੈ ਔਰ ਹਿਰਦੇ ਤੋਂ ਤੁਹਾਡਾ ਧੰਨਵਾਦ ਤੁਸੀਂ ਆਏ ਹੋ ਕੋਈ ਸਵਾਲ ਕਰਨ ਦੀ ਲੋੜ ਹੀ ਨਹੀਂ ਪਈ ਕਿਉਂਕਿ ਤੁਸੀਂ ਸਾਰੇ ਸਵਾਲਾਂ ਦੇ ਆਪਣੇ ਆਪ ਹੀ ਤਕਰੀਬਨ ਜਵਾਬ ਦੇ ਦਿੰਦੇ ਮੈਂ ਕਹਿਣਾ ਚਾਹੁੰਦਾ ਸੀ ਕਿ ਧਿਆਨ ਕਿੱਦਾਂ ਟਿਕਾਇਆ ਜਾਵੇ ਪਰ ਤੁਸੀਂ ਆਪਣੇ ਆਪ ਹੀ ਸਾਰੀ ਉਹ ਵੀ ਗੱਲ ਕਹਿ ਦਿੱਤੀ ਅਖੀਰਲਾ ਆਪਣੇ ਕੋਈ ਅੱਧਾ ਦੋ ਮਿੰਟ ਹੈਗਾ ਇਸ ਤਰ੍ਹਾਂ ਟੋਰਾਂਟੋ ਵੀ ਬਾਕੀ ਸਨਾਤਨੀਆਂ ਦੇ ਜੈਨੀਆਂ ਦੇ ਆਰੀਆ ਸਮਾਜੀ ਮੁਸਲਮਾਨ ਈਸਾਈਆਂ ਸਭਨਾਂ ਦੇ ਚੈਨਲ ਸੀ ਅਤੇ ਸਰਦਾਰ ਅਵਤਾਰ ਸਿੰਘ ਬਰਾੜ ਉਦਮ ਕੀਤਾ ਫਿਰ ਸਮਾਗਮ ਸਾਹਿਬ ਨੇ ਉੱਥੇ ਟੋਰਾਂਟੋ ਵੀ ਜਾਰੀ ਕੀਤਾ ਸੀ ਅਤੇ ਮੈਨੂੰ ਉਦਘਾਟਨ 'ਤੇ ਲਗਾਇਆ ਸੀ ਅਤੇ ਉਦੋਂ ਫਿਰ ਮਹਾਰਾਜ ਨੇ ਗੁਰਮੁਖੀ ਦੇ ਵਿੱਚ ਆਪਣਾ ਸਿੱਖੀ ਦਾ ਪ੍ਰਚਾਰ ਵੀ ਆਉਣਾ ਅਤੇ ਅੱਜ ਵੀ ਬੜੀ ਖੁਸ਼ੀ ਹੋਈ ਹੈ ਕਿ ਬਲ ਸਾਹਿਬ ਨੇ ਉਦਮ ਕੀਤਾ ਤੁਹਾਡੀਆਂ ਅਸੀਸਾਂ ਦੀ ਲੋੜ ਹੈ ਭਾਈ ਪੱਲਾ ਜੀ ਦੀ ਇਹ ਅੰਸ਼ਵੰਸ਼ ਹੈ ਬਲ ਜਿਹੜੇ ਹੈ ਛੇਵੇਂ ਪਾਤਸ਼ਾਹ ਸਿੱਖ ਹੋਏ ਮਾਤਾ ਸੰਤੀ ਦੇ ਪੁੱਤਰ ਉੱਥੇ ਦੇਖ ਲਓ ਬਤਾਲੇ ਆਪਣੇ ਇੱਕੋ ਹੀ ਘਰ ਸੀ ਬਾਕੀ ਸਾਰੇ ਸਖੀ ਸੁਲਤਾਨ ਨੂੰ ਮੰਨਦੇ ਸੀ ਉਹ ਛੇਵੇਂ ਪਾਤਸ਼ਾਹ ਜੀ ਨੇ ਫਿਰ ਵਰਦਾਨ ਦਿੱਤਾ ਅਤੇ ਅੱਜ ਉਹ ਪੱਲੇ ਦੀ ਔਲਾਦ ਕਿੱਥੇ ਕਿੱਥੇ ਪ੍ਰਦੇਸ਼ਾਂ 'ਚ ਵੀ ਬੈਠੀ ਹੈ ਹੋਰ ਇਲਾਕਿਆਂ 'ਚ ਵੀ ਖਿਲ ਰਹੀ ਹੈ ਉਹ ਮਹਾਰਾਜ ਛੇਵੇਂ ਪਾਤਸ਼ਾਹ ਦੀ ਆਸ਼ੀਰਵਾਦ ਹੈ ਅਤੇ ਬਾਕੀ ਇਹਨਾਂ ਨੂੰ ਵੀ ਇਹੀ ਹੈ ਕਿ ਤੁਹਾਡਾ ਉਦਮ ਬਹੁਤ ਵਧੀਆ ਅਤੇ ਨਾਲ ਨਾਲ ਜਿਹੜੇ ਸਿੱਖੀ ਸਿਧਾਂਤ ਆ ਆਪ ਵੀ ਅਤੇ ਬੱਚੇ ਵੀ ਅਪਣਾਉਣ ਅਤੇ ਮਹਾਰਾਜ ਫਿਰ ਹੋਰ ਵੀ ਬਖਸ਼ਿਸ਼ ਕਰਨਗੇ ਸੋ ਇੰਨੀਆਂ ਬੇਨਤੀਆਂ ਕਰਦੇ ਹੋਏ ਸਮੂਹ ਸੰਗਤ ਦੇ ਚਰਨਾਂ 'ਚ ਅਤੇ ਸਾਰੀ ਸੰਗਤ ਦਾ ਬਹੁਤ ਧੰਨਵਾਦ ਅਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਸਾਰਿਆਂ ਨੂੰ ਵਧਾਈ ਹੋਵੇਗੀ ਅਤੇ ਸਾਰਿਆਂ ਨੇ ਚੜ੍ਹਦੀ ਕਲਾ ਨੂੰ ਮਨਾਉਣਾ ਅਤੇ ਕੌਮ ਨੂੰ ਹਮੇਸ਼ਾ ਜਥੇਬੰਦ ਢੰਗ ਵਿੱਚ ਰੱਖਣਾ ਜਿਹੜੇ ਆਪਸੀ ਘਰੋਗੀ ਫੋਟਿਆ ਜਾਂ ਪਾਰਟੀਆਂ ਇਹ ਨਾ ਬਣਾਓ ਆਪਾਂ ਦੇਖੋ ਪ੍ਰਦੇਸ਼ਾਂ 'ਚ ਬੈਠੇ ਹਾਂ ਜਿੰਨੀ ਏਕਤਾ ਨਾਲ ਚੱਲਾਂਗੇ ਚੜ੍ਹਦੀ ਕਲਾ ਨੂੰ ਮਹਾਰਾਜ ਨੇ ਅੱਗੇ ਬਹੁਤ ਕੀਤੀ ਹੈ ਮਹਾਰਾਜ ਹੋਰ ਵੀ ਬਖਸ਼ਿਆ ਕਰਨਗੇ ਅਤੇ ਨਾਲ ਮਹਾਰਾਜ ਦਾ ਸਿਧਾਂਤ ਹੈ ਹੀ ਇਹ ਇੱਕ ਪਿਤਾ ਇੱਕ ਸਕੇ ਹੰਬਾਰਕ ਤੂੰ ਮੇਰਾ ਗੁਰਹਾਈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਲਾ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਲੈ ਕੇ ਆਏ ਸਰਦਾਰ ਤਰਸੇਮ ਸਿੰਘ ਜੀ ਗੁਰੂ ਨਾਨਕ ਗੁਰਦੁਆਰਾ ਸਿੰਘ ਸਟਰੀਟ ਬਲਹੰਟਮ ਦੇ ਪ੍ਰਧਾਨ ਅਤੇ ਭਾਈ ਰੇਸ਼ਮ ਸਿੰਘ ਜੀ ਲੈ ਕੇ ਆਏ ਇਹਨਾਂ ਦਾ ਵੀ ਹਿਰਦੇ ਉੱਤੇ ਧੰਨਵਾਦ ਆਓ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ